ਜਿਹੜਾ ਆਪਣਾ ਜੀਵਨ ਹੈ ਸੰਗਤ ਜੀ, ਇਸ ਜੀਵਨ ਵਿੱਚ ਪਸ਼ੂ ਪੰਛੀ ਇਹਨਾਂ ਦੁਨੀਆ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਪ੍ਰਗਤੀ ਵਿੱਚ, ਸਾਡੀ ਸਫਲਤਾ ਵਿੱਚ। ਜੇ ਆਪਾਂ ਕਹੀਏ ਨਾ ਵੀ ਅੱਜ ਸਾਡੇ ਕੋਲ ਬਹੁਤ ਮਸ਼ੀਨਰੀ ਆ ਗਈ ਤੇ ਹੁਣ ਸਾਨੂੰ ਪਸ਼ੂਆਂ ਦੀ ਲੋੜ ਨਹੀਂ ਰਹਿ ਗਈ, ਇਹ ਆਪਣੀ ਅਗਿਆਨਤਾ ਹੈ। ਜਿੰਨਾ ਜਿੰਨਾ ਆਪਾਂ ਕੁਦਰਤ ਤੋਂ ਦੂਰ ਜਾ ਰਹੇ ਹਾਂ ਉਹਨਾਂ ਉਹਨਾਂ ਹੀ ਅਸੀਂ ਦੁੱਖਾਂ ਦੇ ਵਿੱਚ ਗ੍ਰਸਦੇ ਜਾ ਰਹੇ ਹਾਂ। ਜਿੰਨਾ ਅਸੀਂ ਕੁਦਰਤ ਦੇ ਨੇੜੇ ਰਹੇ ਉਹਨਾਂ ਹੀ ਨਿਰੋਗ ਔਰ ਲੰਮਾ ਜੀਵਨ ਇਸ ਧਰਤੀ ਦੇ ਲੋਕਾਂ ਨੇ ਗੁਜ਼ਾਰਿਆ। ਜਿਵੇਂ ਜਿਵੇਂ ਕੁਦਰਤ ਦੀ ਇਸ ਮਹਾਨ ਰਹਿਮਤ ਤੋਂ ਅਸੀਂ ਪਰੇ ਗਏ ਉਹਨਾਂ ਹੀ ਸਾਨੂੰ ਦੁੱਖਾਂ ਨੇ ਰੋਗਾਂ ਨੇ ਗ੍ਰਸ ਲਿਆ। ਐਸੇ ਐਸੇ ਪਰਮੇਸ਼ਰ ਨੇ ਕੀੜੇ ਮਕੌੜੇ ਪੈਦਾ ਕੀਤੇ ਹੈ ਜਿਹੜੇ ਸਾਡੀ ਫਸਲ ਦੀ ਰੱਖਿਆ ਕਰਦੇ ਸਨ, ਅੱਜ ਸਪਰੇਆਂ ਕਰ ਕਰਕੇ ਉਹ ਵੀ ਨਾਸ਼, ਉਹ ਵੀ ਖਤਮ ਕਰ ਦਿੱਤੇ। ਔਰ ਉਹ ਸਪਰੇਆਂ ਜ਼ਹਿਰ ਦਾ ਰੂਪ ਧਾਰਨ ਕਰਕੇ ਸਾਡੇ ਸਰੀਰਾਂ ਵਿੱਚ ਉਸੇ ਫਸਲ ਦੁਆਰਾ ਦੁਬਾਰਾ ਮੁੜ ਕੇ ਆ ਰਹੀ ਹੈ ਔਰ ਉਹ ਕੈਸੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ, ਉਹਦੇ ਇਲਾਜ ਹੀ ਨਹੀਂ ਲੱਭ ਰਹੇ ਡਾਕਟਰ ਲੋਕਾਂ ਦਾ। ਇਹ ਕੁਦਰਤ ਤੋਂ ਦੂਰ ਹੋਣ ਦਾ ਹੀ ਰਿਜ਼ਲਟ ਅਸੀਂ ਦਿਨ ਬ ਦਿਨ ਭੋਗਦੇ ਜਾ ਰਹੇ। ਆਪਾਂ ਜੇਕਰ ਸੁਖੀ ਰਹਿਣਾ ਤਾਂ ਸਾਨੂੰ ਆਪਣਾ ਵਾਤਾਵਰਣ ਵੀ ਕੁਦਰਤ ਦੇ ਅਨੁਕੂਲ ਬਣਾਉਣ ਲਈ ਯੋਗਦਾਨ ਪਾਉਣਾ ਹੀ ਪੈਣਾ। ਕੁਦਰਤ ਦਾ ਵਾਤਾਵਰਣ ਦਾ ਜਿਹੜਾ ਬੈਲੈਂਸ ਹੈ, ਸਮਤੋਲ ਹੈ ਨਾ ਜਿਹੜਾ, ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਬਿਰਛਾਂ ਦਾ ਹੈ, ਦਰਖਤਾਂ ਦਾ ਹੈ। ਜੇ ਧਰਤੀ ਤੇ ਬਿਰਛ ਰਹਿਣਗੇ ਨਾ ਫਿਰ ਕੁਦਰਤ ਦਾ ਸਮਤੋਲ ਹੌਲੀ ਹੌਲੀ ਧਰਤੀ ਤੇ ਆਪਣੇ ਆਪ ਬਣਨਾ ਸ਼ੁਰੂ ਹੋ ਜਾਏਗਾ। ਜਿੰਨੀ ਸਾਡੀ ਮਾੜੀ ਆਕਸੀਜਨ ਹੈ ਉਹ ਸਾਰੀ ਦਰਖਤਾਂ ਨੇ ਨਾਸ਼ ਕਰਨੀ ਹੈ, ਮੇਟਣੀ ਹੈ, ਦੂਰ ਕਰਨਾ। ਔਰ ਦਰਖਤਾਂ ਨੇ ਜਿੰਨੀ ਸ਼ੁੱਧ ਹਵਾ ਦਰਖਤਾਂ ਨੇ ਦੇਣੀ ਹੈ ਸਾਨੂੰ, ਸਾਡਾ ਵਾਯੂ ਮੰਡਲ ਸ਼ੁੱਧ ਕਰਨਾ। ਔਰ ਦਰਖਤਾਂ ਦੀ ਬਹੌਲਤਾ ਕਰਕੇ ਵਰਖਾ ਦਾ ਅੰਮ੍ਰਿਤ ਜਲ ਸਾਨੂੰ ਮਿਲਣਾ। ਦਰਖਤਾਂ ਦੇ ਕਾਰਨ ਹੀ ਸਾਡੇ ਵੱਡੇ ਵੱਡੇ ਰੋਗ ਦੂਰ। ਇੱਕ ਐਸੇ ਵੀ ਦਰਖਤ ਹੈ ਜਿਨ੍ਹਾਂ ਦੇ ਪਾਸ ਬੰਦਾ ਰਾਤ ਰਹਿ ਜਾਏ ਵੱਡੇ ਵੱਡੇ ਰੋਗੀ ਉਹਨਾਂ ਦੇ ਰੋਗ ਘੱਟ ਪਾਉਂਦਾ। ਐਸੀ ਵਾਹਿਗੁਰੂ ਨੇ ਇਹਨਾਂ ਦੇ ਅੰਦਰ ਗੁਣ ਪੈਦਾ ਕੀਤੇ। ਔਰ ਇਸ ਕੁਦਰਤ ਨੂੰ ਬਚਾਉਣ ਲਈ ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੇਰੀਆਂ ਵੀ ਲਾਉਂਦੇ ਰਹੇ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੋਰ ਦਰਖਤ ਵੀ ਆਪਣੇ ਹੱਥੀ ਆਪ ਵੀ ਲਾਉਂਦੇ ਰਹੇ, ਸੰਗਤਾਂ ਨੂੰ ਵੀ ਲਾਉਂਦੇ ਰਹੇ। ਔਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਨੌਵੇਂ ਗੁਰਦੇਵ ਜਿੱਥੇ ਜਾਂਦੇ ਹੈ ਸੰਗਤ ਨੂੰ, ਲਓ ਭਾਈ ਇਹ ਇੰਨੀ ਮਾਇਆ ਤੁਹਾਨੂੰ ਗੁਰੂ ਕੇ ਖਜ਼ਾਨੇ ਵਿੱਚੋਂ ਦਿੱਤੀ ਜਾਂਦੀ ਹੈ, ਤੁਸੀਂ ਆਪਣੇ ਇਲਾਕੇ ਵਿੱਚ ਇੱਥੇ ਬਾਗ ਲਵਾਓ, ਖੂਹ ਲਵਾਓ। ਬਹੁਤ ਜ਼ਿਕਰ ਹੈ ਇਤਿਹਾਸ ਵਿੱਚ।
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਡੀਆਂ ਵੱਡੀਆਂ ਰਹਿਮਤਾਂ, ਦਸਮ ਪਾਤਸ਼ਾਹ ਜੀ ਨੇ ਕਿੱਡੀਆਂ ਵੱਡੀਆਂ ਰਹਿਮਤਾਂ ਕੀਤੀਆਂ, ਥਾਂ ਪਰ ਥਾਂ ਸੰਗਤਾਂ ਨੂੰ ਪ੍ਰੇਰਨਾ ਦਿੱਤੀ। ਸੱਤਵੇਂ ਪਾਤਸ਼ਾਹ ਜੀ ਨੇ 9 ਲੱਖਾਂ ਬਾਗ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਵਾਇਆ। ਕੱਲਾ ਬਾਗ ਨਹੀਂ ਲਵਾਇਆ, ਉੱਥੇ ਚਿੜੀਆ ਘਰ ਵੀ ਬਣਾਇਆ ਹੋਇਆ ਸੀ ਕੀਰਤਪੁਰ ਸਾਹਿਬ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਰਾਇ ਸਾਹਿਬ ਸੱਚੇ ਪਾਤਸ਼ਾਹ ਜੀ। ਸੰਤ ਜਿਹੜਾ ਹੁੰਦਾ ਕੋਈ ਧਰਮ ਦੀ ਮਰਿਆਦਾ ਤੋਂ ਬਾਹਰ ਇੱਕ ਕਦਮ ਵੀ ਨਹੀਂ ਤੁਰਦਾ। ਜੇ ਕੋਈ ਕਹੇ ਵੀ ਸੰਤਾਂ ਨੇ ਇੱਥੇ ਅਨੋਖਾ ਹੀ ਕੰਮ ਸ਼ੁਰੂ ਕਰ ਲਿਆ, ਵੀ ਡਾਕਟਰਾਂ ਪਸ਼ੂਆਂ ਪੰਛੀਆਂ ਦੀਆਂ ਮੱਲੀਆਂ ਮੱਲਮ ਪੱਟੀਆਂ ਕਰਨੀਆਂ, ਉਹਨਾਂ ਨੂੰ ਟੀਕੇ ਲਾਉਣੇ, ਦਵਾਈਆਂ ਦੇਣੀਆਂ। ਧੰਨ ਗੁਰੂ ਹਰਰਾਇ ਸਾਹਿਬ ਸੱਤਵੇਂ ਪਾਤਸ਼ਾਹ ਜੰਗਲ ਵਿੱਚ ਜਾਂਦੇ, ਜਿਹੜਾ ਕੋਈ ਪਿਆਸਾ ਪਸ਼ੂ ਪੰਛੀ ਹੁੰਦਾ ਉਹਨੂੰ ਤੁਰੰਤ ਸਿੱਖਾਂ ਨੂੰ ਕਹਿ ਕੇ ਜਲ ਚੁਕਾਉਂਦੇ। ਜੇ ਕੋਈ ਬੇਸਹਾਰਾ ਫੱਟੜ ਤੁਰਿਆ ਫਿਰਦਾ ਜੰਗਲ ਦੇ ਵਿੱਚ, ਫੱਟੜ ਹੋ ਕੇ ਡਿੱਗ ਪਿਆ, ਉਹਨੂੰ ਚੁਕਾਉਂਦੇ। ਇੰਨਾ ਕੋਮਲ ਹਿਰਦਾ ਸੀ, ਉਸ ਨੂੰ ਕੀਰਤਪੁਰ ਸਾਹਿਬ ਲਿਆ ਕੇ ਉਸ ਦੀ ਦਵਾ ਬੂਟੀ ਕਰਾਉਂਦੇ ਮਹਾਰਾਜ, ਉਸ ਨੂੰ ਨਿਰੋਗ ਕਰਕੇ, ਉਸ ਦੇ ਖਾਣ ਪੀਣ ਦਾ ਹਜ਼ੂਰ ਪ੍ਰਬੰਧ ਕਰਕੇ, ਉਸ ਨੂੰ ਚਿੜੀਆ ਘਰ ਦੇ ਵਿੱਚ, ਦੁਨੀਆਂ ਵਿੱਚ ਸਭ ਤੋਂ ਪਹਿਲਾ ਚਿੜੀਆ ਘਰ ਹੀ ਧੰਨ ਗੁਰੂ ਹਰਰਾਜ ਸਾਹਿਬ ਨੇ ਬਣਾਇਆ। ਉਹ ਚਿੜੀਆ ਘਰ ਇਸ ਵਾਸਤੇ ਨਹੀਂ ਸੀ ਕਿ ਉੱਥੇ ਪੰਛੀਆਂ ਦੀ ਨੁਮਾਇਸ਼ ਲਾਈ ਹੋਈ ਸੀ ਕਿ ਲੋਕ ਆਉਣਗੇ, ਪੰਛੀ ਪਸ਼ੂਆਂ ਨੂੰ ਜਾਨਵਰਾਂ ਨੂੰ ਵੇਖਣਗੇ ਤੇ ਇੱਥੇ ਟਿਕਟ ਕਟਾ ਕੇ ਜਾਣਗੇ। ਨਹੀਂ ਨਹੀਂ, ਉਹ ਇਹੋ ਜਿਹੇ ਪੰਛੀ ਤੇ ਪਸ਼ੂ ਔਰ ਜਾਨਵਰ ਸਭ ਜਿਹਨਾਂ ਨੂੰ ਜੰਗਲ ਦੇ ਵਿੱਚੋਂ ਦੁਖੀ ਹੋਇਆਂ ਨੂੰ, ਭੁੱਖਿਆਂ ਨੂੰ, ਪਿਆਸਿਆਂ ਨੂੰ, ਫੱਟੜਾ ਹੋਇਆਂ ਨੂੰ ਹਜ਼ੂਰ ਆਪਣੇ ਨਾਲ ਸੇਵਕਾਂ ਨੂੰ ਸਿੱਖਾਂ ਨੂੰ ਕਹਿ ਕੇ ਲਿਆਉਂਦੇ, ਉਹਨਾਂ ਦਾ ਇਲਾਜ ਕਰਵਾਉਂਦੇ, ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਰਵਾਉਂਦੇ ਸੱਚੇ ਪਾਤਸ਼ਾਹ। ਇੰਨਾ ਕੋਮਲ ਹਿਰਦਾ ਧੰਨ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਸੰਤ ਵੀ ਸਤਿਗੁਰੂ ਦੇ ਪਾਏ ਪੈਂਦਿਆਂ ਤੇ ਚੱਲ ਰਹੇ ਆ, ਉਹੀ ਕਾਰਜ ਕਰਨ ਲੱਗੇ ਜੋ ਗੁਰੂ ਪਿਤਾ ਨੇ ਕੀਤਾ। ਆਪਣਾ ਵੀ ਫਰਜ਼ ਹੈ ਕਿ ਆਪਾਂ ਵੀ ਸੇਵਾ ਕਰੀਏ, ਜਿੰਨਾ ਵੀ ਭਾਈ ਵੱਧ ਤੋਂ ਵੱਧ ਕੁਦਰਤ ਦੇ ਨੇੜੇ ਹੋ। ਘੱਟੋ ਘੱਟ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਘੱਟੋ ਘੱਟ ਜਿੰਨੀ ਕੁ ਤੁਸੀਂ ਕਣਕ ਖਾਣੀ ਆ ਉਹ ਸਪਰੇਆਂ ਤੋਂ ਬਿਨਾਂ ਖਾਇਆ। ਮੇਰਾ ਤਾਂ ਵਿਚਾਰ ਇਹ ਹੈ ਵੀ ਆਪਾਂ ਜ਼ਹਿਰ ਆਪ ਖਾਣ ਤੋਂ ਬਚ ਜਾਈਏ, ਦੂਜਿਆਂ ਨੂੰ ਜ਼ਹਿਰ ਪਰੋਸੀਏ, ਉਹ ਤਾਂ ਬਹੁਤ ਵੱਡਾ ਗੁਨਾਹ ਨਾ। ਮੇਰੀ ਤਾਂ ਬੇਨਤੀ ਇਹ ਹੈ ਯਥਾਰਥ ਰੂਪ ਵਿੱਚ ਆਪ ਵੀ ਜ਼ਹਿਰ ਨਾ ਖਾਓ, ਦੂਜਿਆਂ ਨੂੰ ਵੀ ਨਾ ਖਵਾਓ, ਆਪਣਾ ਜੀਵਨ ਸਵੱਛ ਬਣਾਓ ਕਿ ਆਪਣੀ ਫਸਲ ਬਾੜੀ ਨੂੰ ਕੁਦਰਤੀ ਗੁਣਾਂ ਦੇ ਨਾਲ ਭਰਪੂਰ ਤਿਆਰ ਕਰਨ ਦੀ ਰੀਤ ਤੋਰੀਏ ਪੰਜਾਬ ਵਿੱਚ। ਸਾਡੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕੁਦਰਤੀ ਖੇਤੀ ਹੋਣੀ ਚਾਹੀਦੀ ਹੈ। ਕੁਦਰਤੀ ਖੇਤੀ ਕਿਹਨੂੰ ਕਹਿੰਦੇ ਆ? ਜਿਹਦੇ ਵਿੱਚ ਸਪਰੇ ਨਾ ਕੀਤੀ ਜਾਏ, ਜਿਹਦੇ ਵਿੱਚ ਖਾਦ ਆਦਿਕ ਉਹ ਨਾ ਪਾਈ ਜਾਵੇ ਜਿਹੜੀ ਸਾਡੀ ਧਰਤੀ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਦੇਸੀ ਖਾਦਾਂ, ਦੇਸੀ ਸਪਰੇਆਂ ਅੱਜ ਤਾਂ ਬਹੁਤ ਖੋਜ ਕਰ ਲਈ ਗਈ ਹੈ। ਅਮੈਰਿਕਾ ਚ ਲੱਖਾਂ ਏਕੜਾਂ ਚ ਖੇਤੀ ਹੋ ਰਹੀ ਹੈ, ਉੱਥੇ ਕੋਈ ਸਪਰੇ ਨਹੀਂ ਕਰਦਾ, ਉੱਥੇ ਕੋਈ ਬਹੁਤਾ ਖਾਦਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਕੁਦਰਤ ਦੇ ਨੇੜੇ ਉਹ ਲੋਕ ਰਹਿਣ ਦਾ ਯਤਨ ਕਰ ਰਹੇ ਹੈ।
ਇਸ ਕਰਕੇ ਭਾਈ ਯਤਨ ਕਰੋ ਸਾਰੇ, ਥੋੜਾ ਥੋੜਾ ਕਰਕੇ ਸ਼ੁਰੂ ਕਰਾਂਗੇ, ਫਿਰ ਅੱਗੇ ਵੱਡੀ ਗਿਣਤੀ ਵਿੱਚ ਹੋਰ ਲਗਨ ਲੱਗੇਗੀ। ਸ਼ੁੱਧ ਪੌਣ ਪਾਣੀ ਵਾਸਤੇ ਬਿਰਛ ਲਾਓ, ਪਸ਼ੂਆਂ ਨੂੰ ਵੀ ਜਿਹੜਾ ਚਾਰਾ ਮਿਲੇ ਉਹ ਬਿਲਕੁਲ ਸ਼ੁੱਧ ਦਿਓ, ਤਾਂ ਹੀ ਉਹਨਾਂ ਦਾ ਦੁੱਧ ਤੁਹਾਡੇ ਰੋਗ ਦੂਰ ਕਰੇਗਾ ਨਾ। ਜੇ ਚਾਰੇ ਵਿੱਚ ਆਪਾਂ ਸਪਰੇਆਂ ਵਾਲਾ ਚਾਰਾ, ਖਾਦਾਂ ਵਾਲਾ ਚਾਰਾ ਪਾਵਾਂਗੇ ਤਾਂ ਉਹਦੇ ਨਾਲ ਵੀ ਸਾਨੂੰ ਵੀ ਉਹ ਸਾਰਾ ਅਸਰ ਸਾਡੇ ਅੰਦਰ ਹੀ ਮੁੜ ਕੇ ਆਉਣਾ। ਇਸ ਲਈ ਮੇਰੀ ਬੇਨਤੀ ਹੈ ਕਿ ਇਹ ਜਿਹੜੇ ਸਾਰੇ ਪੱਖ ਹੈ ਨਾ, ਜੋ ਗੁਰੂ ਸਾਹਿਬ ਨੇ ਪੂਰਨੇ ਪਾਏ ਹੈ, ਕੁਦਰਤੀ ਖੇਤੀ ਵੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ 17 ਸਾਲ ਹਜ਼ੂਰ ਰਹੇ ਉੱਥੇ ਰਾਵੀ ਦੇ ਕਿਨਾਰੇ ਤੇ, ਆਪਣੇ ਹੱਥੀ ਹਲ ਵਾਹ ਕੇ ਕੁਦਰਤੀ ਖੇਤੀ ਕੀਤੀ, ਲੰਗਰ ਚਲਾਏ, ਖੂਹ ਲਾਏ, ਔਰ ਜਾਂ ਵਰਖਾ ਦੇ ਪਾਣੀ ਨਾਲ ਸਿੰਜਦੇ ਸਨ, ਜਾਂ ਖੂਹਾਂ ਦੇ ਜਲ ਨਾਲ ਜਾਂ ਦਰਿਆ ਦੇ ਜਲ ਨਾਲ ਖੇਤੀ ਸਿੰਜੀ ਜਾਂਦੀ ਸੀ। ਸੋ ਇਸ ਲਈ ਭਾਈ ਇਸ ਬੰਨੇ ਜ਼ਰੂਰ ਧਿਆਨ ਦਿਓ, ਉਮਰਾਂ ਘੱਟ ਰਹੀਆਂ,